सत श्री अकाल किसान वीरो, तुसी देख रहे हो किसान खेती विचार ते मैं हाँ चमकौर सिंह। जिस तरह आप जानते हाँ कि हर कोई किसान चाहता है कि उसकी प्रोडक्शन है जी उसकी फसल की ज़्यादा तो ज़्यादा हो, ज़्यादा प्रोडक्शन लिए उसकी मिट्टी का उपजाऊ होना बहुत ज़्यादा जरूरी है। मिट्टी उपजाऊ तो ही होंगी है जेकर हर एक तत् है जोड़ा वो उचित मात्रा मौजूद होंगे, तो वो सॉयल टैसटिंग है जी बहुत ज़्यादा महत्वपूर्ण रही है। उस बारे चर्चा करने साढ़े नाल KVK नूर महल तो डॉक्टर अरपनदीप कौर जी जुड़ चुके हैं। उन्होंने गलबात करांगे कि सॉयल टेस्टिंग क्यों जरूरी है, किवें करा सकते हैं। सत श्री अकाल मैडम, बहुत बहुत स्वागत है तुहाडा। सत श्री अकाल जी, सारे किसान वीरां नूं जी आयां जी। मैडम दसोंगे किसान वीरां नूं कि सॉयल टेस्टिंग है जी वो क्यों जरूरी है, क्यों हरेक किसान नूं जी हैगी अपनी मिट्टी की जाँच करवानी चाहिए है। हाँ जी, जिवें कि सर तुहानूं पता है कि हुण सारे किसान वीरां नूं ये गल पता है कि जिहड़ी अपनी खादां दी वरतों है बहुत ज़्यादा हो रही है जी। ते असीं जदों किसे कोल किसे भी डीलर कोल खाद लैण जांदे ओह सानूं एवें ही दे दिंदे कि आह वी पा लो तुसीं, आह चीज़ पा लो, जबकि खेत नूं उसकी जरूरत नहीं है। तो एक तो अपना खर्चा घटाउण लई ते दूसरा कि असीं जिहड़े अपनी मिट्टी आ उहनूं ज़्यादा रसायनिक खादां पा के खराब ना करिए, उहदे लई जरूरी है कि असीं ਜਿਹੜੀ ਚੀਜ਼ ਦੀ ਜ਼ਰੂਰਤ ਹੈ ਮਿੱਟੀ ਨੂੰ ਜਾਂ ਆਪਣੀ ਫਸਲ ਨੂੰ ਉਹੀ ਖਾਦ ਦੀ ਵਰਤੋਂ ਗਈ ਹੈ ਤੇ ਉਸ ਦੀ ਜਾਣਕਾਰੀ ਹੈ ਸਾਨੂੰ ਹਮੇਸ਼ਾ ਹੀ ਜਿਹੜੀ ਮਿੱਟੀ ਪਰਖ ਹੈ ਉਸ ਤੋਂ ਹੀ ਪਤਾ ਲੱਗਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ 2 ਸਾਲ ਬਾਅਦ ਆਪਣੀ 2 ਜਾਂ 3 ਸਾਲ ਬਾਅਦ ਮਿੱਟੀ ਦੀ ਪਰਖ ਜ਼ਰੂਰ ਕਰਾਈਏ ਜਿਸ ਨਾਲ ਆਪਣਾ ਕਿ ਖਰਚਾ ਘਟਾ ਸਕੀਏ ਤੇ ਝਾੜ ਵੀ ਵੱਧ ਲੈ ਸਕੀਏ ਜੀ। ਤੇ ਮੈਡਮ ਇੱਕ ਸਵਾਲ ਹੋਰ ਹੈ ਕਿ ਜਦੋਂ ਮਿੱਟੀ ਦੀ ਜਾਂਚ ਕਿਸੇ ਵੀ ਫਾਰਮਰ ਨੇ ਕਰਾਉਣੀ ਹੈ ਤਾਂ ਉਹਦਾ ਸੈਂਪਲ ਹੈ ਜਿਹੜਾ ਉਹ ਬਹੁਤ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਉਹਦਾ ਸੈਂਪਲ ਲੈਣਾ, ਉਹਦੇ ਬਾਰੇ ਦੱਸੋ ਪਲੀਜ਼। ਹਾਂਜੀ ਇਹ ਬਿਲਕੁਲ ਸਹੀ ਹੈ ਕਿਉਂਕਿ ਆਮ ਤੌਰ ਤੇ ਨਾ ਜਦੋਂ ਸਾਡੇ ਕੋਲ ਵੀ ਸੈਂਪਲਸ ਆਉਂਦੇ ਆ ਤਾਂ ਕਿਸਾਨ ਵੀਰ ਤੇ ਆਮ ਤੌਰ ਤੇ ਧਾਰਨਾ ਹੁੰਦੀ ਹੈ ਕਿ ਅਸੀਂ ਜਿੰਨਾ ਡਿੰਗਾ ਥਾਂ ਤੋਂ ਸੈਂਪਲ ਲਵਾਂਗੇ ਓਨਾ ਹੀ ਸ਼ਾਇਦ ਸਾਡਾ ਵਧੀਆ ਮਿੱਟੀ ਦਾ ਰਿਜ਼ਲਟ ਆਏਗਾ, ਪਰ ਇਹ ਬਿਲਕੁਲ ਗਲਤ ਹੈ। ਅਸੀਂ ਸਿਰਫ ਜਿਹੜਾ ਆਪਣਾ ਜਦੋਂ ਸੈਂਪਲ ਲੈਣਾ ਸਿਰਫ ਉੱਪਰਲੀ ਜਿਹੜੀ 6 ਇੰਚ ਦਾ ਆਪਣੀ ਤੈਅ ਹੈ ਉਸ ਵਿੱਚੋਂ ਹੀ ਲੈਣਾ ਕਿਉਂਕਿ ਆਪਣੇ ਸਾਰੇ ਖਾਦਾਂ ਪਾਣੀ ਉਸ 6 ਇੰਚ ਵਿੱਚ ਹੀ ਕੰਮ ਕਰਦੀਆਂ ਨੇ। ਸੋ ਜਦੋਂ ਅਸੀਂ ਆਪਣੇ ਫਸਲ ਲਈ ਖਾਦ ਜਦੋਂ ਮਿੱਟੀ ਚੈੱਕ ਕਰਵਾਉਣ ਲਈ ਸੈਂਪਲ ਲੈਣਾ ਤਾਂ ਉਹਦੇ ਵਿੱਚ ਅਸੀਂ ਬਿਨਾਂ ਮਿੱਟੀ ਨੂੰ ਹਟਾਏ ਪਹਿਲਾਂ ਜਿਹੜੀ ਜ਼ਮੀਨ ਉੱਪਰ ਜੇ ਕੋਈ ਘਾਸ ਫੂਸ ਆ ਤਾਂ ਉਹਨੂੰ ਹਟਾ ਲਓ। ਉਸ ਤੋਂ ਬਾਅਦ ਅਸੀਂ ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ ਵੀ ਜਿਹੜਾ ਇੰਗਲਿਸ਼ ਦਾ ਅੱਖਰ ਹੈ ਵੀ ਉਹਦੇ ਆਕਾਰ ਦਾ ਟੋਆ ਪੁੱਟਣਾ ਤੇ ਇਸ ਟੋਵੇ ਵਿੱਚ ਜਿਹੜੀ ਮਿੱਟੀ ਆ ਉਸਨੂੰ ਬਾਹਰ ਕੱਢ ਦੇਣਾ ਤੇ ਜਿਹੜਾ ਇੱਕ ਸਾਈਡ ਤੋਂ ਕਿਸੇ ਵੀ ਇੱਕ ਸਾਈਡ ਤੋਂ ਅਸੀਂ 1 ਇੰਚ ਦੀ ਮੋਟੀ ਤੈਅ ਉੱਪਰ ਤੋਂ ਲੈ ਕੇ ਥੱਲੇ ਤੱਕ ਲੈਣੀ ਹੈ ਇੱਕ ਸਾਈਡ, ਯਾਨੀ ਕਿ ਸਾਡੇ ਕੋਲ 1 ਇੰਚ ਦੀ ਤੈਅ ਉੱਪਰਲੀ 6 ਇੰਚ ਦੀ ਜਿਹੜੀ ਆਪਣੀ ਮਿੱਟੀ ਦੀ ਤੈਅ ਉਹਦੇ ਵਿੱਚੋਂ ਆ ਗਈ ਹੈ। ਇਸੇ ਤਰ੍ਹਾਂ ਹੀ ਅਸੀਂ 6 ਜਾਂ 7 ਥਾਵਾਂ ਤੋਂ ਐਵੇਂ ਸੇਮ ਜਗ੍ਹਾ ਤੋਂ ਸੈਂਪਲ ਲੈ ਕੇ ਕਿਉਂਕਿ ਅਸੀਂ ਆਪਣੇ ਪੂਰੇ ਖੇਤ ਦੀ ਇਸ ਜਿਹੜੀ ਨੁਮਾਇੰਦਗੀ ਕਰੇਗਾ ਇਹ ਸੈਂਪਲ, ਸੋ 6-7 ਥਾਵਾਂ ਤੋਂ ਲੈ ਕੇ ਅਸੀਂ ਉਹਨੂੰ ਕਿਸੇ ਬਰਤਨ ਜਾਂ ਕੱਪੜੇ ਉੱਪਰ ਚੰਗੀ ਤਰ੍ਹਾਂ ਦਾ ਲਾ ਕੇ ਤੇ ਉਹਨੂੰ ਜੇਕਰ ਮਿੱਟੀ ਗਿੱਲੀ ਹੈ ਤਾਂ ਉਹਨੂੰ ਛਾਵੇਂ ਸੁਕਾਉਣਾ, ਧੁੱਪੇ ਕਦੀ ਨਹੀਂ ਸੁਕਾਉਣਾ। ਸੋ ਉਸਨੂੰ ਸੁਕਾਉਣ ਤੋਂ ਬਾਅਦ 1/2 ਕਿਲੋ ਮਿੱਟੀ ਜਿਹੜੀ ਹੈ ਅਸੀਂ ਆਪਣੇ ਟੈਸਟ ਕਰਾਉਣ ਲਈ ਜਿੱਥੇ ਵੀ ਲੈਬੋਰਟਰੀ ਵਿੱਚ ਦੇਣੀ ਆ ਉੱਥੇ ਦੇ ਸਕਦੇ ਜੀ। ਤੇ ਮੈਡਮ ਇਹ ਤਾਂ ਹੋਇਆ ਸੈਂਪਲ ਦੀ ਗੱਲ, ਤੇ ਸੈਂਪਲ ਦੇ ਨਾਲ ਇਹ ਸਵਾਲ ਇੱਕ ਜ਼ਰੂਰ ਆਉਂਦਾ ਹੈ ਕਿਸਾਨਾਂ ਦੇ ਦਿਲ ਦੇ ਵਿੱਚ ਕਿ ਕਿੱਥੇ ਜਾ ਕੇ ਉਹ ਆਪਣੀ ਸੋਇਲ ਟੈਸਟਿੰਗ ਹੈ ਜਿਹੜੀ ਕਰਾ ਸਕਦੇ ਨੇ, ਕਿਹੜੀ ਜਿਹੜੀ ਅਥਾਰਟੀ ਹੈਗੀ ਹੈ ਜਿਹੜੀ ਚੰਗੀ ਅਥਾਰਟੀ ਹੈ ਜਿਹੜਾ ਰਿਜ਼ਲਟ ਹੈ ਜਿਹੜਾ ਬਿਲਕੁਲ ਸਹੀ ਆਪਾਂ ਮੰਨ ਸਕਦੇ ਹਾਂ। ਹਾਂਜੀ ਹਾਂਜੀ, ਜਿਹੜੀ ਸਭ ਤੋਂ ਆਪਣੀ ਵਧੀਆ ਅਥਾਰਟੀ ਇਸ ਟਾਈਮ ਜੇਕਰ ਅਸੀਂ ਮਿੱਟੀ ਪਰਖ ਤੇ ਕਰੀਏ ਤਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੈ। ਤੋ ਜਿਹੜੇ ਤਾਂ ਕਿਸਾਨ ਵੀਰ ਉੱਥੋਂ ਜਾਂ ਕਦੀ ਆਪਣਾ ਬੀਜ ਲੈਣ ਜਾਂਦੇ ਆ ਜਾਂ ਕੁਛ, ਉਹ ਤਾਂ ਉੱਥੇ ਡਿਪਾਰਟਮੈਂਟ ਆਫ ਸੋਇਲ ਸਾਇੰਸ ਆ, ਉੱਥੇ ਆਪਣੀ ਮਿੱਟੀ ਪਰਖ ਲਈ ਆਪਣਾ ਜਿਹੜਾ ਸੈਂਪਲ ਦੇ ਸਕਦੇ ਨੇ ਤੇ ਉਸਦੀ ਰਿਪੋਰਟ ਵੀ ਹੁਣ ਅਸੀਂ ਆਨਲਾਈਨ ਚੈੱਕ ਕਰ ਸਕਦੇ। ਉਸ ਤੋਂ ਇਲਾਵਾ ਇਹ ਹੈ ਕਿ ਹਰ ਕੋਈ ਕਿਸਾਨ ਵੀਰ ਆਪਣਾ ਯੂਨੀਵਰਸਿਟੀ ਵੀ ਨਹੀਂ ਪਹੁੰਚ ਸਕਦਾ, ਉਹਨਾਂ ਲਈ ਬਲਾਕ ਪੱਧਰ ਤੇ ਹਰੇਕ ਜ਼ਿਲ੍ਹਾ ਪੱਧਰ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਮੌਜੂਦ ਨੇ। ਸੋ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੀ ਅੱਗੇ ਬ੍ਰਾਂਚਿਸ ਨੇ, ਸੋ ਉਹ ਆਪਣੇ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਨੇ। ਉਸ ਤੋਂ ਇਲਾਵਾ ਜਿਹੜਾ ਤੀਸਰਾ ਅਦਾਰਾ ਜਿਹੜਾ ਕਰ ਰਿਹਾ ਉਹ ਹੈ ਆਪਣਾ ਖੇਤੀਬਾੜੀ ਜਿਹੜਾ ਮਹਿਕਮਾ ਹੈ ਜਿਹੜਾ ਕਿ ਬਲਾਕ ਲੈਵਲ ਤੇ ਬੈਠਾ ਹੈ, ਤੁਸੀਂ ਉਹਨਾਂ ਦੇ ਨਾਲ ਵੀ ਸੰਪਰਕ ਕਰਕੇ ਜਿੱਥੇ ਉਹਨਾਂ ਦੇ ਸੈਂਪਲ ਚੈੱਕ ਹੁੰਦੇ ਆ ਉੱਥੇ ਵੀ ਜਿਹੜਾ ਕਿਸਾਨ ਵੀਰ ਆਪਣਾ ਜਿਹੜਾ ਸੈਂਪਲ ਹੈ ਉਹ ਚੈੱਕ ਕਰਵਾ ਸਕਦਾ। ਸੋ ਤੁਸੀਂ ਜਿਹੜਾ ਕਿਸਾਨ ਵੀਰ ਨੂੰ ਸੌਖਾ ਲੱਗੇ ਉਸੇ ਤਰੀਕੇ ਨਾਲ ਹੀ ਸੈਂਪਲ ਆਪਣਾ ਕਿਸੇ ਵੀ ਜਗ੍ਹਾ ਤੇ ਦੇ ਸਕਦੇ ਨੇ। ਜੀ ਜੀ, ਬਹੁਤ ਬਹੁਤ ਧੰਨਵਾਦ ਮੈਡਮ, ਬਹੁਤ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਕਿਸਾਨ ਵੀਰ ਆਪਣੀ ਫਸਲ ਹੈ ਜਿਹੜਾ ਆਪਣੀ ਮਿੱਟੀ ਦੀ ਟੈਸਟਿੰਗ ਹੈ ਜਿਹੜੀ ਮਿੱਟੀ ਦੀ ਜਾਂਚ ਕਰਵਾ ਸਕਦੇ ਨੇ। ਜੇ ਕਿਸਾਨ ਵੀਰਾਂ ਦਾ ਕੋਈ ਹੋਰ ਸਵਾਲ ਹੋਏਗਾ ਤਾਂ ਅਸੀਂ ਆਸ ਕਰਦੇ ਹਾਂ ਤੁਹਾਡੇ ਤੱਕ ਪਹੁੰਚਾ ਕੇ ਉਹਦਾ ਜ਼ਰੂਰ ਜਵਾਬ ਦੇ ਸਕੀਏ। ਹਾਂਜੀ ਧੰਨਵਾਦ ਜੀ, ਧੰਨਵਾਦ ਮੈਡਮ। ਦੁਬਾਰਾ ਫਿਰ ਮਿਲਦੇ ਹਾਂ ਨਵੇਂ ਮੁੱਦੇ ਦੇ ਨਾਲ, ਨਵੇਂ ਐਕਸਪਰਟ ਦੇ ਨਾਲ। ਤਦ ਤੱਕ ਲਈ ਧੰਨਵਾਦ।